ਬਾਰਿਸ਼ ਦੇ ਮੌਸਮ ਦੇ ਵਿੱਚ ਜਦੋਂ ਮੀਂਹ ਪੈਂਦਾ ਹੈ ਤੇ ਸੜਕਾਂ ਦੇ ਉੱਤੇ ਨੱਚਦੇ ਨੇ, ਟੱਪਦੇ ਨੇ, ਗਲੀਆਂ ਦੇ ਵਿੱਚ ਇੱਕ ਦੂਜੇ ਨਾਲ ਖੇਡਦੇ ਨੇ, ਭਾਈ ਮਸਤੀ ਮਜ਼ਾਕ ਕਾਫੀ ਹੁੰਦਾ ਹੈ। ਲੋਕਾਂ ਤੋਂ ਚੱਲਾਂਗੇ, ਪੁੱਛਾਂਗੇ ਉਹ ਕੀ ਕੁਝ ਕਰਦੇ ਨੇ ਬਾਰਿਸ਼ ਦੇ ਮੌਸਮ ਦੇ ਵਿੱਚ, ਘਰ ਦੇ ਵਿੱਚ ਕੀ ਕੁਝ ਬਣਾਉਂਦੇ ਨੇ ਤੇ ਕਿਹੜੇ ਕਿਹੜੇ ਗਾਣੇ ਸੁਣਦੇ ਨੇ, ਤੇ ਵੀ ਜਾਣਾਂਗੇ ਲੋਕਾਂ ਨੂੰ ਬਾਰਿਸ਼ ਦੇ ਮੌਸਮ 'ਚ ਕਿਹੜੇ ਕਿਹੜੇ ਗਾਣੇ ਯਾਦ ਨੇ। ਆਜੋ ਮੇਰੇ ਪਿੱਛੇ ਪਿੱਛੇ, ਆਓ ਫਿਰ ਚੱਲਦੇ ਹਾਂ ਲੋਕਾਂ ਕੋਲ ਪੁੱਛਦੇ ਹਾਂ। ਤਿਆਰੀ ਕਾਹਦੀ ਚੱਲ ਰਹੀ? ਮੈਂ ਦੂਰੋਂ ਹੀ ਦੇਖ ਲਿਆ, ਮੈਂ ਕਿਹਾ ਬੜੀ ਮਤਲਬ ਪਰਫਾਰਮੈਂਸ ਦੀ ਤਿਆਰੀ ਹੋ ਰਹੀ ਹੈ, ਇਹ ਕਿੱਥੇ ਕਰਨੀ ਪਰਫਾਰਮੈਂਸ? ਇਹ ਸਾਡਾ ਕੰਪੀਟੀਸ਼ਨ ਹੈ ਯੂਨੀਵਰਸਿਟੀ 'ਚ, ਤੇ ਅਸੀਂ ਉਹਦੀ ਤਿਆਰੀ ਕਰ ਰਹੇ ਭੰਗੜੇ ਦੀ। ਕੀ ਨਾਮ ਜੀ ਤੁਹਾਡਾ? ਜਸਪ੍ਰੀਤ ਸਿੰਘ ਜੀ। ਜਸਪ੍ਰੀਤ ਸਿੰਘ ਜੀ, ਹਾਂਜੀ। ਵਾਹ ਵਾਹ ਵਾਹ, ਬਹੁਤ ਅੱਛਾ ਨਾਮ ਹੈ ਤੁਹਾਡਾ। ਹਾਂ ਜੀ, ਨਾਮ ਬੜਾ ਘੈਂਟ ਹੈ। ਹਾਏ, ਕਿਹਨੇ ਰੱਖਿਆ? ਬਸ ਜੀ, ਘਰਦਿਆਂ ਨੇ, ਛੋਟੀ ਭੈਣ ਨੇ ਰੱਖਿਆ। ਅੱਛਾ, ਹਾਂ ਛੋਟੀ ਭੈਣ ਨੇ ਰੱਖਿਆ। ਹਾਂਜੀ। ਅੱਛਾ, ਸਾਉਣ ਦੇ ਮਹੀਨੇ ਦੇ ਵਿੱਚ ਕੋਈ ਗਾਣਾ ਸੁਣਾਓ ਮੈਨੂੰ ਹੁਣ, ਦੋਵੇਂ ਜਾਣੇ ਕੋਈ ਇਦਾਂ। ਗਾਣਾ ਤਾਂ ਬਾਈ ਇੱਕ ਹੈਗਾ ਜਿਹੜਾ ਚੱਲ ਰਿਹਾ ਹੈਗਾ ਹੁਣ ਵਧੀਆ, ਜਿਹੜਾ ਗੀਤ ਸਭ ਤੇ ਮੂਸੇ ਵਾਲੇ ਦਾ ਜਿਹੜਾ ਗੀਤ ਨਹੀਂ ਆਇਆ ਹੁਣ 295। ਅਰੇ ਸੁਣਾਓ ਫਿਰ। ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਕਹਾ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ। ਅੱਗੇ ਕਿਸ ਤਰ੍ਹਾਂ ਯਾਰ? ਚਲੋ ਕੋਸ਼ਿਸ਼ ਕਰ ਲੈਂਦੇ ਹਾਂ। ਅੱਗੇ ਕਿੱਥੇ ਇੰਨੇ ਦਿਨ ਪਿੰਡ ਰਹਿੰਦਾ ਸੀ, ਹਾਏ ਜੀਜਾ ਨਾ ਲੱਗੇ ਸਾਲਾ ਆਹੀ ਕਹਿੰਦਾ ਸੀ। ਅੱਗੇ ਕਿੱਥੇ ਇੰਨੇ ਦਿਨ ਪਿੰਡ ਰਹਿੰਦਾ ਸੀ, ਹਾਏ ਜੀਜਾ ਨਾ ਲੱਗੇ ਸਾਲਾ ਆਹੀ ਕਹਿੰਦਾ ਸੀ। ਉਹ ਸ਼ੈੱਡ ਥੱਲੇ ਖੜੀ ਗੱਡੀ ਮਾਰੇ ਸੈਂਤਾਂ, ਡਾਟ ਨਹੀਂ ਪਵਾਇਆ ਫੁਰ ਵਾਏ ਫੁਰ ਦਾ। ਮੋਟਰ ਤੇ ਸੁਣਦੀ ਆ ਟੇਪ ਵੱਜਦੀ, ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ। ਸਾਉਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਛਮ 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 ਹੋਏ, ਛਮ 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 ਨਾਚੂ ਮੈਂ ਅੱਜ, ਛਮ 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 ਸਾਵਣ ਮੈਂ ਲੱਗ ਗਈਆਂ ਗਦਲ ਮੇਰਾ। ਤੁਹਾਨੂੰ ਪਤਾ ਮੈਂ ਗਾਣੇ ਕਿਉਂ ਗਾ ਰਿਹਾ? ਕਿਉਂਕਿ ਬਈ ਸਾਉਣ ਦਾ ਮਹੀਨਾ ਹੈ ਅਤੇ ਜਿਹੜੀ ਪੈਂਦੀ ਬਰਸਾਤ ਹੋਵੇ ਅਤੇ ਉਹ ਬਰਸਾਤ ਦਿਨੋਂ ਦਿਨ ਹੁਣ ਪੈਂਦੀ ਜਾ ਰਹੀ ਹੈ। ਬਈ ਹਰ ਕਿਸੇ ਨੂੰ ਬੜਾ ਚਾਅ ਹੁੰਦਾ ਹੈ ਕਿ ਬਾਰਿਸ਼ ਦਾ ਮੌਸਮ ਕਦੋਂ ਆਵੇਗਾ, ਕਿਉਂਕਿ ਗਰਮੀ ਤੋਂ ਲੋਕ ਬੜੇ ਤੰਗ ਹੋ ਜਾਂਦੇ ਆ। ਰੱਬ ਅੱਗੇ ਇਹੋ ਅਰਦਾਸ ਕਰਦੇ ਆ ਕਿ ਰੱਬਾ ਫਟਾਫਟ ਜਿਹੜਾ ਆ ਉਹ ਮੀਂਹ ਬਰਸਾ ਦੇ ਅਤੇ ਸਾਨੂੰ ਜਿਹੜਾ ਗਰਮੀ ਤੋਂ ਰਾਹਤ ਮਿਲ ਜੇ, ਚੈਨ ਮਿਲ ਜੇ, ਬਸ ਚੈਨ ਹੀ ਆ ਜੇ, ਲੋਕ ਚੈਨ ਭਾਲਦੇ ਆ। ਪਰ ਜਦੋਂ ਬਾਰਿਸ਼ ਦਾ ਮੌਸਮ ਆਉਂਦਾ, ਬਾਰਿਸ਼ ਪੈਂਦੀ ਹੈ, ਫਿਰ ਕਈ ਮੇਰੇ ਵਰਗੇ ਵੀ ਹੁੰਦੇ ਆ ਕਿ ਡੈਡੀ ਨੂੰ ਕਹਿੰਦੇ, ਡੈਡੀ ਜੀ ਮਾਲ ਪੂੜੇ ਖਵਾ ਦਿਉ, ਦਿਲ ਬੜਾ ਕਰਦੇ ਆ। ਅਤੇ ਮੰਮੀ ਮੇਰੇ ਇੱਕ ਪਾਸੇ ਪਕੌੜੇ ਕੱਢਦੇ ਹੁੰਦੇ ਆ, ਡੈਡੀ ਮੇਰੇ ਕਹਿ ਦਿੰਦੇ ਪਕੌੜੇ ਬਣਾ ਲਓ, ਭੁੱਖ ਬੜੀ ਲੱਗਣ ਦੀ, ਮੀਂਹ ਦਾ ਮੌਸਮ ਹੋਇਆ। ਫਿਰ ਅੱਜ ਮੈਂ ਲੋਕਾਂ ਕੋਲ ਇਹੋ ਪੁੱਛਣ ਚੱਲਾਂ ਕਿ ਉਹ ਸਾਉਣ ਦੇ ਮਹੀਨੇ ਦੇ ਵਿੱਚ ਖਾਸ ਤੌਰ 'ਤੇ ਬਾਰਿਸ਼ ਦੇ ਮੌਸਮ ਦੇ ਵਿੱਚ ਘਰ ਦੇ ਵਿੱਚ ਕੀ ਕੁਝ ਬਣਾਉਂਦੇ ਆ, ਖਾਣ ਪੀਣ ਦਾ ਸਮਾਨ। ਅਤੇ ਜਿਹੜੇ ਬੱਚੇ ਹੁੰਦੇ ਨੇ ਖਾਸ ਤੌਰ 'ਤੇ ਉਹ ਐਂਟਰਟੇਨ ਹੁੰਦੇ ਨੇ ਬਾਰਿਸ਼ ਦੇ ਮੌਸਮ ਦੇ ਵਿੱਚ, ਜਦੋਂ ਮੀਂਹ ਪੈਂਦਾ ਅਤੇ ਸੜਕਾਂ ਦੇ ਉੱਤੇ ਨੱਚਦੇ ਨੇ, ਟੱਪਦੇ ਨੇ, ਗਲੀਆਂ ਦੇ ਵਿੱਚ ਇੱਕ ਦੂਜੇ ਨਾਲ ਖੇਡਦੇ ਨੇ, ਬਈ ਮਸਤੀ ਮਜ਼ਾਕ ਕਾਫੀ ਹੁੰਦਾ ਹੈ। ਲੋਕਾਂ ਤੋਂ ਚੱਲਾਂਗੇ, ਪੁੱਛਾਂਗੇ ਉਹ ਕੀ ਕੁਝ ਕਰਦੇ ਨੇ ਬਾਰਿਸ਼ ਦੇ ਮੌਸਮ ਦੇ ਵਿੱਚ, ਘਰ ਦੇ ਵਿੱਚ ਕੀ ਕੁਝ ਬਣਾਉਂਦੇ ਨੇ ਅਤੇ ਕਿਹੜੇ ਕਿਹੜੇ ਗਾਣੇ ਸੁਣਦੇ ਨੇ, ਅਤੇ ਵੀ ਜਾਣਾਂਗੇ ਲੋਕਾਂ ਨੂੰ ਬਾਰਿਸ਼ ਦੇ ਮੌਸਮ 'ਚ ਕਿਹੜੇ ਕਿਹੜੇ ਗਾਣੇ ਯਾਦ ਨੇ। ਆਜੋ ਮੇਰੇ ਪਿੱਛੇ ਪਿੱਛੇ, ਆਓ ਫਿਰ ਚੱਲਦੇ ਲੋਕਾਂ ਕੋਲ ਪੁੱਛਦੇ ਹਾਂ। ਪਰ ਨਾ ਮੈਨੂੰ ਇੱਕ ਟੋਲੀ ਵਿਖ ਰਹੀ ਹੈ ਮੁੰਡਿਆਂ ਦੀ, ਇਹ ਕੀ ਕਰਦੇ ਪਏ ਆ? ਆਹੋ ਜੋ ਫਿਰ ਆਜੋ ਆਜੋ ਜੋ ਕੈਮਰਾਮੈਨ ਸਾਹਿਬ ਆਜੋ, ਅਮਨ ਜੀ ਦਿਖਾਉਂਦੇ ਦਰਸ਼ਨ ਕਰਨ। ਇਹ ਵਾਹ 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 ਵਾਹ, ਕੋਈ ਰੀਲ ਬਣਾ ਰਿਹਾ ਹੈ, ਵਾਹ ਵਾਹ, ਕੋਈ ਨੱਚ ਰਿਹਾ ਹੈ, ਓਏ ਹੋਏ, ਮੇਰੇ ਵਾਲਾ ਗਾਣਾ ਗਾ ਰਹੇ, ਛਮ ਛਮ ਛਮ, ਅਰੇ ਵਾਹ ਵਾਹ, ਛਮ 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 ਏ, ਛਮ 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 ਨਾਚੂਆ, ਛਮ 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 ਇੰਜੋਏ ਕਰ ਰਹੇ ਹਾਂ। ਬੱਦਲ ਬੁੱਦਲ ਆਏ ਹੋਏ ਨੇ ਅਤੇ ਬਾਰਿਸ਼ ਦਾ ਮੌਸਮ ਹੈ ਅਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਕੀ ਨਾਮ ਜੀ ਤੁਹਾਡਾ ਸਾਰਿਆਂ ਦਾ, ਵਾਰੀ ਵਾਰੀ ਸੇ ਦੱਸ ਦਿਓ। ਗੋਪਾਲ। ਸਵੀਟਸ ਸਵੀਟਸ
ਸਵੀਟਸ ਵੀ ਗਿਆ ਨਾ ਤੁਹਾਡਾ ਕੀ ਨਾਮ ਵੀਕੇ ਅਨਿਲ ਵੀਕੇ ਅਨਿਲ ਬਿਜ਼ਨਸਮੈਨ ਵਾਲਾ ਨਾਮ ਰੱਖਿਆ ਹੈ ਹਾਏ ਵਿਜੇ ਵਿਜੇ ਹਾਂਜੀ ਅਰੇ ਵਾਹ ਅਮਿਤਾਭ ਬੱਚਨ ਦਾ ਫਿਲਮਾਂ ਚ ਅਕਸਰ ਹੀ ਨਾਮ ਵਿਜੇ ਹੁੰਦਾ ਹੈ ਮਨੋਜ ਕੁਮਾਰ ਮਨੋਜ ਕੁਮਾਰ ਤਿਵਾਰੀ ਨਾ ਕੁਮਾਰ ਬਸ ਕੁਮਾਰ ਕੁਮਾਰ ਠੇਕੇਦਾਰ ਹਾਂਜੀ ਇਹ ਠੇਕੇਦਾਰ ਠੇਕੇਦਾਰ ਕਿਉਂ ਹੈ ਪੇਂਟਰ ਦਾ ਕੰਮ ਕਰਿਆ ਅੱਛਾ ਪੇਂਟਰ ਦਾ ਕੰਮ ਕਰਦਾ ਪੜ੍ਹਦਾ ਵੀ ਹੈ ਹਾਂ ਪੜ੍ਹਦਾ ਕਿਹੜੀ ਕਲਾਸ ਚ 8th ਅੱਛਾ 8th ਤੇ ਹੁਣ ਕੀ ਬਣਾ ਰਹੇ ਹੋ ਰੀਲ ਬਣਾ ਰਹੇ ਹੋ ਰੀਲ ਨਾਲ ਇੰਸਟਾਗ੍ਰam ਤੇ ਇੰਸਟਾਗ੍ਰam ਕਿਹੜੀ ਰੀਲ ਬਣਾ ਰਹੇ ਹੋ ਗਾਣੇ ਵੀ ਵੀਡੀਓ ਬਣਾ ਰਹੇ ਅੱਛਾ ਇੱਕ ਮਨੋਜ ਤਿਵਾਰੀ ਦਾ ਗਾਣਾ ਯਾਦ ਆ ਕੋਈ ਤਿਵਾਰੀ ਨਹੀਂ ਹੈ ਕੁਮਾਰ ਦਾ ਹੈ ਮੈਂ ਮਨੋਜ ਤਿਵਾਰੀ ਦੀ ਗੱਲ ਕਰ ਰਿਹਾ ਨਹੀਂ ਯਾਦ ਨਹੀਂ ਹੈ ਮਨੋਜ ਤਿਵਾਰੀ ਦਾ ਨਹੀਂ ਯਾਦ ਚਲੋ ਕੋਈ ਬਾਰਿਸ਼ ਤੇ ਕੋਈ ਗਾਣਾ ਸੁਣਾਓ ਸਾਰੇ ਰਲ ਕੇ ਓਏ ਤੂੰ ਕਿੱਧਰ ਚੱਲ ਗਿਆ ਕੈਮਰੇ ਪਿੱਛੇ ਲਿਆ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਵੇਖਿਆ ਅਸੀਂ ਬੰਦੇ ਕੈਮਰੇ ਪਿੱਛੇ ਨਹੀਂ ਜਾਣ ਦੇਣੇ ਜਿਹੜੇ ਭੱਜਦੇ ਸਾਡੇ ਤੋਂ ਚਲੋ ਗਾਣਾ ਸੁਣਾਓ ਕੋਈ ਜਾਂ ਕੋਈ ਆਪਣੇ ਵੱਲੋਂ ਕੁਝ ਕਰਕੇ ਦਿਖਾਓ ਕੀ ਟੈਲੈਂਟ ਹੈ ਤੁਹਾਡੇ 'ਚ ਸਿੱਖਿਆ ਡਾਂਸ ਕਿਸੇ ਕੋਲ ਕਰਕੇ ਦਿਖਾਓ ਡਾਂਸ ਅੱਜ ਅਨਿਲ ਅਨਿਲ ਵੀਕੇ ਅਨਿਲ ਓਏ ਨੋ ਨੋ ਵੀਕੇ ਅਨਿਲ ਕਰੋ ਤੁਮ ਵੀ ਯਾਰ ਕਲੋਲ ਕਰਾਂਗੇ ਓਏ ਕਲੋਲ ਕਰਾਂਗੇ ਕਰੋ ਕਰੋ ਕਲੋਲ ਅੱਜ ਮੈਂ ਤੁਹਾਡੀ ਕਲੋਲ ਹੀ ਵੇਖਣ ਆਇਆ ਚੱਲ ਪੈਂਦੇ ਗਾਣੇ ਆ ਜਾ ਗਾਣੇ ਲਾ ਕੇ ਇੱਧਰ ਆ ਜਾ ਵੀਰ ਇੱਧਰ ਆ ਜਾ ਤੁਹਾਡਾ ਓਏ ਹੋਏ ਓਏ ਹੋਏ ਮੈਂ ਨਾ ਮਾਈਕ ਜਿਹੜਾ ਉੱਧਰ ਹੀ ਲੈ ਜਾ ਜਿਹੜਾ ਇਹਨਾਂ ਨੇ ਬਲੂਟੁੱਥ ਮਾਈਕ ਸਪੀਕਰ ਲੈ ਕੇ ਆਏ ਨੇ ਲਾਓ ਲਾਓ ਫਟਾਫਟ ਗਾਣੇ ਲਾਉਣ ਲੱਗੇ ਅਰੇ ਵਾਹ ਅੱਛਾ ਇਸ ਤੋਂ ਇਲਾਵਾ ਵੀ ਕੁਛ ਆਉਂਦਾ ਹੈ ਇਹ ਕਿਹਦੇ ਕੋਲ ਸਿੱਖਿਆ ਡਾਂਸ ਜੇ ਡਾਂਸ ਤੋਂ ਹਮਨੇ ਸਿੱਖਾ ਤਾਂ ਮੋਲੀ ਆਗਰੇ ਮੇਂ ਬਲਟਾਨਾ ਮੇਂ ਅੱਛਾ ਆਗਰੇ ਮੇਂ ਸੇ ਹਾਂ ਆਪਣੇ ਆਪ ਹੀ ਸਿੱਖਾ ਇਹ ਤੋਂ ਹਮਨੇ ਅੱਛਾ ਕਿਵੇਂ ਖਲੋ ਕੁੱਟੀ ਬੋਲੀ ਚਲੋ ਰਹਾ ਵਾਹ 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 ਲੱਕ ਰਾ ਕੇ ਵੇਖ ਲੋ ਓਏ ਦੁਨੀਆ ਚ ਜਾ ਕੇ ਦੇਖ ਲੋ ਹੁਸਨ ਮੁਕਾਬਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਅਨਮੋਲ ਤੁਹਾਡਾ ਜੀ ਉਮਾ ਤੁਹਾਡਾ ਜੀ ਤਾਨਿਆ ਕਾਜਲ ਹੁਣ ਆਪਣੇ ਫਰੈਂਡਸ ਨੂੰ ਕਹ ਦਿਓ ਥੋੜੀ ਆਵਾਜ਼ ਘੱਟ ਕਰ ਦਿਓ ਕਰ ਦਿਓ ਘੱਟ ਓਏ ਹੋਏ ਹੋਏ ਸੂਟ ਪਾ ਕੇ ਸਾਰੀ ਦੁਨੀਆ ਚ ਜਾ ਕੇ ਵੇਖ ਲੋ ਕਿਤੇ ਕਿਤੇ ਹੋਇਆ ਜੀ ਅਸੀਂ ਲੇਕ ਤੇ ਘੁੰਮਣ ਆਏ ਆ ਫਿਲਹਾਲ ਲੇਕ ਤੇ ਘੁੰਮਣ ਆਏ ਹਾਂ ਤੇ ਤਿਆਰੀ ਕਦੀ ਚੱਲ ਰਹੀ ਮੈਂ ਦੂਰੋਂ ਹੀ ਦੇਖ ਲਿਆ ਮੈਂ ਕਿਹਾ ਬੜੀ ਮਤਲਬ ਪਰਫਾਰਮੈਂਸ ਦੀ ਤਿਆਰੀ ਹੋ ਰਹੀ ਹੈ ਇਹ ਕਿੱਥੇ ਕਰਨੀ ਪਰਫਾਰਮੈਂਸ ਇਹ ਸਾਡਾ ਕੰਪੀਟੀਸ਼ਨ ਹੈ ਯੂਨੀਵਰਸਿਟੀ 'ਚ ਅੱਛਾ ਤੇ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ ਭੰਗੜੇ ਦੀ ਅੱਛਾ ਸਾਰੇ ਹਾਂਜੀ ਇੱਕੋ ਯੂਨੀਵਰਸਿਟੀ 'ਚ ਪੜ੍ਹਦੇ ਹੋ ਹਾਂਜੀ ਅੱਛਾ ਕੀ ਕਰ ਰਹੇ ਹੋ ਯੂਨੀਵਰਸਿਟੀ ਕਦੀ ਸਟੱਡੀ ਕਰ ਰਹੇ ਅਸੀਂ OT ਟੈਕਨੀਸ਼ੀਅਨ BSc OT ਫਰੋਮ ਦੇਸ਼ਭਗਤ ਯੂਨੀਵਰਸਿਟੀ ਅੱਛਾ ਖੰਨਾ ਸਾਰੇ ਮਤਲਬ ਵੀ ਤੁਸੀਂ ਗੱਲ ਕਰੋਗੇ ਇਕੱਲੇ ਨਹੀਂ ਤੁਸੀਂ ਸਾਰਿਆਂ ਨਾਲ ਗੱਲ ਕਰ ਸਕਦੇ ਆ ਮਹੀਨਾ ਆ ਤੇ ਬੱਦਲ ਵੀ ਜਿਹੜਾ ਛਮ ਛਮ ਕਰ ਰਿਹਾ ਬਾਰਿਸ਼ ਵੀ ਛਮ ਛਮ ਪੈ ਰਹੀ ਹੈ ਤੇ ਨਾ ਜਦੋਂ ਗਰਮੀ ਚ ਹੁੰਦਾ ਨਾ ਬੰਦਾ ਕਹਿੰਦਾ ਯਾਰ ਬਹੁਤ ਪਸੀਨਾ ਆ ਗਿਆ ਕਿਤੇ ਚੈਨ ਆਵੇ ਫਿਰ ਕਿਤੇ ਬੱਦਲ ਆਉਂਦੇ ਆ ਮੀਂਹ ਪੈਂਦਾ ਫਿਰ ਬੰਦੇ ਨੂੰ ਚੈਨ ਆਉਂਦਾ ਤੁਹਾਨੂੰ ਕਿੱਦਾਂ ਲੱਗਦਾ ਜਦੋਂ ਬੱਦਲ ਹੈ ਬਿਜਲੀ ਚਮਕਦੀ ਆ ਦੁਪਹਿਰੀ ਹਨੇਰਾ ਹੋ ਜਾਂਦਾ ਹਾਂਜੀ ਹਾਂਜੀ ਹਾਂ ਮੌਸਮ ਬਹੁਤ ਵਧੀਆ ਚੱਲ ਰਿਹਾ ਮੌਨਸੂਨ ਨਾ ਬੋਲੋ ਇੱਕ ਮਿੰਟ ਸਾਹ ਲਓ ਪਹਿਲਾਂ ਸਾਹ ਚੱਲ ਰਿਹਾ ਹੋਇਆ ਨਾ ਕਰ ਕਰਕੇ ਪ੍ਰੈਕਟਿਸ ਕਰ ਰਹੇ ਸੀ ਤੇ ਹਾਂਜੀ ਮੌਸਮ ਬਹੁਤ ਵਧੀਆ ਆ ਮੌਨਸੂਨ ਚੱਲ ਰਿਹਾ ਸੌਨ ਚੱਲ ਰਿਹਾ ਆ ਤੇ ਕਦੇ ਵੀ ਕੋਈ ਵੀ ਮੌਸਮ ਹੋ ਜਾਂਦਾ ਹੈ ਅਸੀਂ ਉਹਨੂੰ ਇੰਜੋਏ ਕਰ ਰਹੇ ਅੱਛਾ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਜਦੋਂ ਬੱਦਲ ਆ ਜਾਂਦਾ ਬਹੁਤ ਬਹੁਤ ਜ਼ਿਆਦਾ ਪਸੰਦ ਹੈ ਨਾ ਗਰਮੀ ਬੜੀ ਲੱਗਣ ਦੀ ਆ ਅਸੀਂ ਕੰਮ ਤੇ ਹੁੰਦੇ ਅਸੀਂ ਓਟੀ ਚ ਦੇਖ ਰਹੇ ਹੁੰਦੇ ਬਾਹਰ ਮੀਂਹ ਪੈ ਰਿਹਾ ਅੱਛਾ ਨਿੱਕੇ ਹੁੰਦੇ ਤੇ ਘਰੇ ਹੁੰਦੇ ਹੋਗੇ ਹੁਣ ਜੇ ਬਾਹਰ ਆਏ ਤੁਸੀਂ ਵੀ ਜਦੋਂ ਮੈਂ ਹੁੰਦਾ ਸੀ ਨਾ ਨਿੱਕਾ ਜਿਵੇਂ ਬੱਦਲ ਦੂਰੋਂ ਵੇਖ ਲੈਣੇ ਉਹ ਥੱਲੇ ਆਉਣਾ ਮੰਮੀ ਬੱਦਲ ਆ ਗਏ ਬੱਦਲ ਆਏ ਕੱਪੜੇ ਲਾਣੇ ਏਦਾਂ ਫਟਾਫਟ ਕੱਪੜੇ ਤਾਰ ਤੋਂ ਲਾ ਕੇ ਤੇ ਮੰਮੀ ਨੇ ਫਿਰ ਡੈਡੀ ਨਾਲ ਪਾਕਵਾਨੇ ਪਕੌੜੇ ਪਕੌੜੇ ਬਣਾ ਲਾ ਹੈ ਤੇ ਪਕੌੜੇ ਖਾਣੇ ਏਦਾਂ ਤੁਹਾਡੇ ਘਰ 'ਚ ਕੀ ਬਣਦਾ ਸਭ ਕੁਛ ਪਕੌੜੇ ਸਮੋਸੇ ਜੋ ਵੀ ਖਾਣਾ ਹੁੰਦਾ ਉਹ ਸਭ ਕੁਛ ਬਣ ਜਾਂਦਾ ਹੈ ਅੱਛਾ ਹਾਂਜੀ ਅਰੇ ਕੋਈ ਵੇਟਰ ਵੂਟਰ ਨਹੀਂ ਰੈਸਟੋਰੈਂਟ ਤਾਂ ਨਹੀਂ ਖੋਲਿਆ ਨਹੀਂ ਨਹੀਂ ਘਰੇ ਘਰ ਆ ਅੱਛਾ ਘਰੇ ਘਰ ਹਾਂਜੀ ਅਸੀਂ ਤਾਂ ਆਪ ਹੀ ਬਣਾਉਂਦੇ ਆਪ ਹੀ ਬਣਾਉਂਦੇ ਹੋ ਕੀ ਬਣਾਉਂਦੇ ਹੋ
अच्छा फेवरेट डिश केड़ी तोड़ी कुछ भी खा लेती हूं क्योंकि ते जहर ही ना खा लियो तुसी सेम 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 ही कुछ भी खा लेते हैं तुसी काट बोल रही मन लग नहीं कुछ भी खा लेते हैं वैसे तो ज्यादा मीठा ही पसंद है ये मन लगता ताडे ग्रुप च ओ ए लड़की है जेडी तुसी कहंदे हो कि मैं कुछ सबवे चली कुछ लैन ते हो गए कुछ भी लाए खा लांगी मैं कुछ भी लाए ए ए ना ग्रुप दे विच एहो जा कोई एक ना एक बंदा या बंदी हुंदी हुंदी जेडी इदा तंग करदी करदी कुछ भी लाए अच्छा कोई तीन गाने मैनू दसने आ या गा के दसो या ओदा दसो या दो लाइना गुनगुनाओ बारिश दे उत्ते कोई भी हिंदी पंजाबी सॉन्ग जेड़ा मर्जी जे तानू तमिल भी आंदी ओ भी सुना दो ए गा के सुना सकदे आ अच्छा कुछ नहीं ज्यादा तो हिंदी चलता है ना आज मौसम बड़ा बेईमान है बड़ा बस बस इतना ही और बस इतना ही ਤੁਸੀਂ ਇਹ ਵੀ ਹੈ ਬਹੁਤ ਅੱਛੀ ਬਾਤ ਮੈਨੂੰ ਤੋ ਅੱਛਾ ਸੱਚੀ ਦੱਸਣਾ ਕੌਣ ਗਾਉਂਦਾ ਕੌਣ ਹੈ ਤੁਹਾਡੇ ਵਿੱਚੋਂ ਕੋਈ ਵੀ ਨਹੀਂ ਉਹ ਕਹਿੰਦੇ ਬਹੁਤ ਅੱਛਾ ਗਾਤੇ ਹੈ ਵੈਸੇ ਸਾਰੇ ਗਾਤੇ ਹੈ ਟੀਮ ਵਿੱਚ ਜੈਸੇ ਗੁੰਗੁਣਾ ਲੈਤੇ ਹੈ ਜੈਸੇ ਉੱਪਰ 뮤직 ਚੱਲ ਰਿਹਾ ਹੁੰਦਾ ਹੈ ਤੋ ਸਾਥ ਸਾਥ ਗਾ ਲੈਤੇ ਹੈ ਹਮ ਨਹੀਂ ਇਹ ਬਾਕੀ ਲੋ ਚਲੋ ਕੁਝ ਗੁੰਗੁਣਾ ਦੋ ਹੁਣ ਫਿਰ ਕਿਹੜਾ ਸੋਚ ਲੋ ਗਾਓ ਤੁਸੀਂ ਸੀਰੀਅਸ ਹੋ ਗਏ ਮੇਰੇ ਪਿੱਛੇ ਕੋ ਲੋਕ ਰਹਦੇ ਮੈਂ ਤਾਂ ਹਮ ਨਹੀਂ ਆ ਅੱਛਾ ਹਾਂਜੀ ਐ ਸੁਣਾ ਸਕਦੇ ਗਾਣਾ ਮੇਰਾ ਇੰਟਰਸਟ ਨਹੀਂ ਹੈਗਾ ਥੋੜਾ ਸਾਥ ਦੇ ਸਕਦੇ ਹੋ ਮੈਨੂੰ ਵੀ ਨਹੀਂ ਆਉਂਦਾ ਮੈਨੂੰ ਵੀ ਨਹੀਂ ਆਉਂਦਾ ਗੁੰਗੁਣਾ ਦੋ ਮੈਂ ਵੀ ਅੱਗੇ ਕਹਿੰਦਾ ਮੈਨੂੰ ਵੀ ਨਹੀਂ ਆਉਂਦਾ ਇਹ ਸੌਂਗ ਤਾਂ ਨਹੀਂ ਆ ਸਕਦਾ ਮੈਨੂੰ ਗਾਣਾ ਕੋਈ ਵੀ ਨਹੀਂ ਆਉਂਦਾ ਬਾਰਿਸ਼ ਦੇ ਉੱਪਰ ਨਹੀਂ ਸਾਉਣ ਦਾ ਮਹੀਨਾ ਬਸ ਡਾਂਸ ਕਰ ਸਕਦੀ ਹਾਂ ਮੈਨੂੰ ਗਾਣੇ ਕੇ ਲਈ ਕੋਈ ਨਾ ਬੋਲੇ ਅੱਛਾ ਗਾ ਨਹੀਂ ਸਕਦੀ ਅਬ ਕਹਾਂ ਰਹਤੇ ਹੈ ਇਹ ਪੇ 19 ਮੇ ਰਹਤੇ ਹੈ ਨਹੀਂ ਉਹ ਤਾਂ ਪਿੱਛੇ ਪਸ਼ੋਕੜ ਕਿਤੋਂ ਯੂਪੀ ਯੂਪੀ ਤੁਸੀਂ ਪੰਜਾਬ ਤੋਂ ਪੰਜਾਬ ਯੂਪੀ ਯੂਪੀ ਪੰਜਾਬ ਅੱਛਾ ਲੱਗਾ ਕਿਤੇ ਹਿਮਾਚਲ ਕਹਿਣ ਲੱਗੇ ਨਹੀਂ ਪੰਜਾਬ ਅੱਛਾ ਹਾਂਜੀ ਅੱਛਾ ਖਾਣ ਪੀਣ ਦੀ ਆਪਾਂ ਗੱਲ ਕਰ ਲਈ ਗਾਣਿਆਂ ਦੀ ਗੱਲ ਕਰ ਲਈ ਹੁਣ ਮੈਨੂੰ ਲਾਸਟ ਜਵਾਬ ਦੇ ਦਿਓ ਇੱਕ ਮੈਂ ਕੁਐਸਚਨ ਤੁਹਾਨੂੰ ਪੁੱਛਦਾ ਕਿ ਜਦੋਂ ਸੌਣ ਦਾ ਮਹੀਨਾ ਆਉਣ ਲੱਗਾ ਹੁੰਦਾ ਨਾ ਤੇ ਜਾਂ ਚੜ ਜਾਂਦਾ ਜਦੋਂ ਉਦੋਂ ਨਾ ਉਸ ਮਹੀਨੇ ਦੇ ਵਿੱਚ ਸਾਡੇ ਕੋਲ ਇੱਕ ਪਾਪ ਹੋ ਜਾਂਦਾ ਉਹ ਕਿਹੜਾ ਪਾਪ ਹੈ ਜਿਹੜਾ ਬੰਦਾ ਪਛਤਾਉਂਦਾ ਰਹਿੰਦਾ ਕਿ ਮੈਂ ਕਿਉਂ ਕਰ ਲਿਆ ਨਾਨ ਵੈਜ ਅੱਛਾ ਨਾਨ ਵੈਜ ਤੁਹਾਡਾ ਜਵਾਬ ਨਾਨ ਵੈਜ ਨਾਨ ਵੈਜ ਨਹੀਂ ਖਾਂਦੇ ਸੋਚ ਲਓ ਜੇ ਵੀ ਨਾਨ ਵੈਜ ਹੀ ਹੈ ਮਤਲਬ ਸਾਰਿਆਂ ਦਾ ਇਹ ਮਤਲਬ ਇੱਕ 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 ਗਲਤ ਚੀਜ਼ ਹੁੰਦੀ ਹੈ ਜੋ ਸਾਵਨ ਮੇ ਨਹੀਂ ਖਾਣਾ ਚਾਹੀਏ ਅੱਛਾ ਉਹ ਜੋ ਹਮ ਖਾ ਲੈਤੇ ਹੈ ਤਾਂ ਉਹ ਪਾਪ ਹੁਆ ਨਾ ਬਸ ਇੱਕੋ ਜਵਾਬ ਹਾਂਜੀ ਲੈ ਲਓ ਯਾ ਤੇ ਇਹਨਾਂ ਨੇ ਕਹਿਤਾ ਸਾਰੇ ਉਹ ਇੱਕੋ ਹੀ ਕਹੀ ਜਾਂਦੇ ਜੀ ਦੀਦੀ ਵਹੀ ਥਾ ਕਿਉਂਕਿ ਇੱਕ ਸਾਵਨ ਕੇ ਮਹੀਨੇ ਮੇ ਪਾਪ ਹੀ ਹੈ ਤੁਹਾਡਾ ਨੌਨ ਇੱਕ ਮਿੰਟ ਮੈਂ ਦੱਸਦਾ ਤੁਹਾਡਾ ਨੌਨ ਵਿੱਚ ਹਾਂ ਨੌਨ ਵਿੱਚ ਤੁਹਾਡਾ ਨੌਨ ਵਿੱਚ ਤੁਹਾਡਾ ਵੀ ਨੌਨ ਵਿੱਚ ਤੁਹਾਡਾ ਨੌਨ ਵਿੱਚ ਲੈ ਲੋ ਹਾਂ ਸਾਰਿਆਂ ਦਾ ਜਵਾਬ ਨੌਨ ਵਿੱਚ ਠੀਕ ਹੈ ਹਾਂਜੀ ਚਲੋ ਫਿਰ ਚੱਲੀਏ ਭਾਜੀ ਪਾਪ ਕਿਹੜਾ ਸੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਤੁਹਾਡਾ ਜਸਦੇਵ ਸਿੰਘ ਜੀ ਅੱਛਾ ਡਰੇ ਕਿਉਂ ਜੀ ਇਹਨਾਂ ਨੂੰ ਕਹੀ ਜਾਂਦੇ ਅੱਗੇ ਆ ਜਾਓ ਮੇਰਾ ਨਾਮ ਸ਼ਕਦੀਸ਼ ਸਿੰਘ ਹੈ ਇਹਨੂੰ ਇਸ ਸਾਈਡ ਤੇ ਲੈ ਲਈਏ ਅੱਛਾ ਸਾਈਡ ਤੇ ਲੈ ਲਈਏ ਐਦਾਂ ਪੁਲਿਸ ਵਾਲੇ ਕਹਿੰਦੇ ਹੁੰਦੇ ਸਾਈਡ ਤੇ ਆ ਜਾਓ ਤੁਸੀਂ ਕਹਿੰਦੇ ਸਾਈਡ ਤੇ ਲਾ ਲਿਆ ਸਾਨੂੰ ਪਹਿਲਾਂ ਬੱਤੀਆਂ ਤੇ ਅੱਛਾ ਤਾਂ ਹੀ ਕਹਿੰਦੇ ਅੱਛਾ ਤੁਹਾਡਾ ਕੀ ਨਾਮ ਭਾਜੀ ਮੇਰਾ ਜਸ ਵੀਰ ਜਸ ਬਾਬਾ ਬੋਡੀ ਬਣਾਈ ਹੋਈ ਹੈ ਅੱਛਾ ਸਾਉਣ ਦਾ ਨਾ ਮਹੀਨਾ ਆ ਬਾਰਿਸ਼ ਪੈ ਰਹੀ ਹੈ ਜ਼ੋਰਾਂ ਸ਼ੋਰਾਂ ਤੇ ਆਏ ਦਿਨ ਹੀ ਬੱਦਲ ਦੇਖਣ ਨੂੰ ਮਿਲਦੇ ਆ ਯਾਨੀ ਕਿ ਮੈਂ ਕਹਿੰਦਾ ਕਿ ਰੋਜ਼ ਹੀ ਮੀਂਹ ਪੈ ਰਿਹਾ ਤੇ ਨਾ ਮੌਸਮ ਜਦੋਂ ਇਹ ਜਿਹਾ ਸੁਹਾਵਣਾ ਹੋਵੇ ਤੇ ਬੰਦੇ ਦਾ ਕੁਛ ਨਾ ਕੁਛ ਖਾਣ ਨੂੰ ਦਿਲ ਕਰਦਾ ਹੀ ਕਰਦਾ ਭਾਵੇਂ ਪਕੌੜੇ ਹੋਣ ਤੁਸੀਂ ਕੀ ਕੀ ਘਰ ਦੇ ਵਿੱਚ ਖਾਂਦੇ ਆ ਬਾਹਰੋਂ ਕੁਛ ਕੀ ਖਾਂਦੇ ਆਪਾਂ ਵੀਰੇ ਜਿੱਦਾਂ ਕਿ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਤੁਹਾਨੂੰ ਪਤਾ ਹੀ ਆ ਖਾਣ ਪੀਣ ਨੂੰ ਤਾਂ ਮਤਲਬ ਖੁੱਲ੍ਹਾ ਹੀ ਆ ਕੰਮ ਸਾਰਾ ਹੈ ਨਾ ਖਾਣ ਪੀਣ ਦੇ ਨਾਲ ਸ਼ੌਂਕ ਵੀਰੇ ਹੋਰ ਵੀ ਬਹੁਤ ਆ ਖੇਡਣਾ ਗਾਉਣਾ ਜਾਂ ਜੇ ਮਤਲਬ ਘੁੰਮਣਾ ਹੁਣ ਘੁੰਮਣ ਹੀ ਆਏ ਸੀਗੇ ਕੱਲ੍ਹ ਤੋਂ ਆਏ ਹੋਏ ਹਾਂ ਅਸੀਂ ਕਾਫੀ ਜਾਣੇ ਫਰੈਂਡ 10-12 ਇਕੱਠੇ ਹੋ ਗਏ ਸੋ ਤਾਂ ਕਰਕੇ ਇੱਥੇ ਆ ਕੇ ਚੱਲ ਘੁੰਮ ਫਿਰ ਆਈਏ ਬਸ ਖਾਣ ਪੀਣ ਦਾ ਵੀ ਚੱਲੀ ਜਾਂਦਾ ਵਧੀਆ ਠੀਕ ਆ ਗਾਉਣ ਦੇ ਵੀ ਸ਼ੌਕੀਨ ਹੋ ਹੈ ਚਲੋ ਗਾਣਾ ਤੁਹਾਡੇ ਕੋਲ ਬਾਅਦ ਸੁਣਦੇ ਪਹਿਲਾਂ ਇਹਨਾਂ ਨਾਲ ਵੀ ਹਾਂਜੀ ਮੈਂ ਕਿਹਾ ਪੂਰਾ ਵੱਟ ਕੱਢਦਾ ਹਾਂਜੀ ਵੱਟ ਕੱਢਦੇ ਚਲੋ ਹੁਣੇ ਭਾਜੀ ਕੋ ਗਾਣਾ ਇਹਨਾਂ ਗਾਣਾ ਵੀ ਸੁਣਦੇ ਆ ਤੁਹਾਡਾ ਕੀ ਖਾਣ ਪੀਣ ਦੇ ਕਦੇ ਸ਼ੌਕੀਨ ਜੇ ਬਾਰਿਸ਼ ਦੇ ਮੌਸਮ 'ਚ ਆਪਾਂ ਖਾਣ ਪੀਣ ਦਾ ਵੀਰੇ ਚਿਕਨ ਚੁਗੰਦੇ ਹੀ ਆ ਅੱਛਾ ਹਾਂਜੀ ਹਾਂਜੀ ਉਹਦੇ ਬੰਦਾ ਜਦੋਂ ਮਰਜ਼ੀ ਖਾ ਲੈਂਦਾ ਕੁਝ ਖਾਸ ਨਹੀਂ ਖਾਸ ਕੁਝ ਨਹੀਂ ਬਸ ਇਦਾਂ ਦੀ ਡਾਈਟ ਚੱਲਦੀ ਆ ਹਾਂਜੀ ਜਦੋਂ ਮੀਂਹ ਪੈਂਦਾ ਹੁੰਦਾ ਬੁੜੀ ਦੇ ਪਕੌੜੇ ਬਹੁਤ ਕਢਾਉਂਦਾ ਏ ਪਕੌੜੇ ਹੋਰ ਕੀ ਤੁਸੀਂ ਕੀ ਖਾਂਦੇ ਚਲੋ ਇਹ ਤੇ ਮਾਲਪੂੜੇ
ਮੇਰੇ ਮੂੰਹ 'ਚ ਪਾਣੀ ਆ ਗਿਆ ਮਾਲਪੁਰੀ ਸੁਣ ਕੇ। ਜਦੋਂ ਵੀ ਸਾਨੂੰ ਵੀ ਖਵਾ ਦੇ ਹੁਣ ਪਾਣੀ। ਚਲੋ ਆਪਾਂ ਬਾਅਦ 'ਚ ਖਾਂਦੇ ਹਾਂ। ਚਲੋ ਭਾਅ ਜੀ ਹੁਣ ਤੁਸੀਂ ਕੋਈ ਗਾਣਾ ਸੁਣਾ ਦਿਓ। ਹਾਂਜੀ ਵੀਰੇ, ਬਾਰਿਸ਼ 'ਤੇ ਭਾਵੇਂ ਸੁਣਾ ਦਿਓ, ਮੌਸਮ ਬੜਾ ਸੁਹਾਣਾ ਹੈ ਹੁਣ ਵੀ, ਠੰਡੀ ਠੰਡੀ ਹਵਾ ਚੱਲ ਰਹੀ। ਆਪਾਂ ਸਰ ਸਤਿੰਦਰ ਸਰਤਾਜ ਦਾ ਗਾਣਾ ਵੀਰੇ, ਵੈਸੇ ਬਹੁਤ ਸੋਹਣੇ ਗਾਇਕ ਆ, ਸੂਫੀ ਗਾਇਕ ਆ, ਸੋਹਣੇ ਲੱਗਦੇ ਆ ਗਾਣੇ ਉਹਨਾਂ ਦੇ, ਅਤੇ ਗਾ ਲੈਂਦੇ ਆਪਾਂ, ਕੋਸ਼ਿਸ਼ ਕਰਦੇ ਹਾਂ। ਬੀਤ ਜਾਣੀਆਂ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ ਫਿਰ ਟੋਲਦਾਰ ਮੀ, ਚਲੇ ਜਾਵਾਂਗੇ ਨਾ ਮੁੜ ਆਵਾਂਗੇ, ਪਿੱਛੋਂ ਭਾਵੇਂ ਦਰ ਤੂੰ ਖੋਲਦਾਰ ਮੀ, ਇਕੱਲੇ ਹੋ ਗਏ ਚੱਲੇ ਹੋ ਗਏ, ਇਸ਼ਕੇ ਦੇ ਰੋਗ ਤਾਇਆ ਬੱਲੇ ਹੋ ਗਏ, ਹੋਈਆਂ ਹੈਰਾਨੀਆਂ ਹਾਏ ਦਿਲ ਜਾਣੀਆਂ, ਖੰਜਰਾਂ ਤੋਂ ਤਿੱਖੇ ਤੇਰੇ ਛੱਲੇ ਹੋ ਗਏ, ਛੱਲੇ ਹੋ ਗਏ, ਮੁੱਕ ਜਾਣਾ ਏ ਸਾ ਰੁੱਕ ਜਾਣਾ ਏ, ਪਿੱਛੋਂ ਭਾਵੇਂ ਮਿੱਟੀਆਂ ਫਰੋੜਦਾਰ ਮੀ, ਚਲੇ ਜਾਵਾਂਗੇ ਨਾ ਮੁੜ ਆਵਾਂਗੇ, ਬਾਰੋ ਬਾਰੀ ਦਰ ਭਾਵੇਂ ਖੋਲਦਾਰ ਮੀ। ਥੈਂਕ ਯੂ ਵੀਰੇ। ਥੈਂਕ ਯੂ, ਥੈਂਕ ਯੂ ਭਾਈ, ਬੜਾ ਸੋਹਣਾ ਗਾਉਂਦੇ ਜੇ। ਹਾਂਜੀ, ਅਰਜਨਟੇ ਲਾਉਂਦਾ, ਅਰਜਨ ਢਿੱਲੋਂ ਦਾ। ਉਹ ਇੱਕ ਹੋਰ ਫਰਮਾਇਸ਼ ਆ ਗਈ ਜੇ, ਅਜੇ ਮੈਂ ਪਾਉਣ ਲੱਗਾ ਫਰਮਾਇਸ਼, ਇਹਨਾਂ ਨੇ ਪਹਿਲਾਂ ਹੀ ਪਾਤੀ। ਨਹੀਂ ਨਹੀਂ ਅਰਜਨ, ਮੈਂ ਵੀ ਅਰਜਨ ਢਿੱਲੋਂ, ਮੈਂ ਭੁੱਲ ਜਾਂਦਾ ਵੀਰੇ, ਪਰ ਮੈਂ ਕੋਈ ਨਾ ਕਰ ਦਿੰਦਾ। ਉਹ ਵੀ ਕਹਿ ਰਹੇ, ਕਹਿੰਦੇ ਇਹਨਾਂ ਨੇ ਭੁੱਲ ਜਾਣਾ, ਭੁੱਲ ਗਿਆ ਇੱਕ ਇਹ ਸਾਡਾ ਲੋਹੜੀ ਦੇ ਪ੍ਰੋਗਰਾਮ ਤੇ ਐਡਿਟ ਕਰ ਦਿਓ ਨਾ, ਕਹਿੰਦੇ ਭੁੱਲ ਗਿਆ। ਨਹੀਂ ਨਹੀਂ ਚਲੋ, ਗਾ ਤਾਂ ਨਹੀਂ ਕਹਿ ਰਹੇ ਸੌਖ ਨਾ, ਚਲੋ ਕੋਸ਼ਿਸ਼ ਕਰ ਲੈਂਦੇ ਹਾਂ। ਅੱਗੇ ਕਿੱਥੇ ਇੰਨੇ ਦਿਨ ਪਿੰਡ ਰਹਿੰਦਾ ਸੀ, ਹਾਏ ਜੀਜਾ ਨਾ ਲੱਗੇ ਸਾਲਾ ਆਹੀ ਕਹਿੰਦਾ ਸੀ, ਅੱਗੇ ਕਿੱਥੇ ਇੰਨੇ ਦਿਨ ਪਿੰਡ ਰਹਿੰਦਾ ਸੀ, ਹਾਏ ਜੀਜਾ ਨਾ ਲੱਗੇ ਸਾਲਾ ਆਹੀ ਕਹਿੰਦਾ ਸੀ, ਉਹ ਸ਼ੈੱਡ ਥੱਲੇ ਖੜੀ ਗੱਡੀ ਮਾਰੇ ਸੈਂਤਾਂ, ਡਾਟ ਨਹੀਂ ਪਵਾਇਆ ਫੁਰ ਵਾਏ ਫੁਰ ਦਾ, ਮੋਟਰ ਤੇ ਸੁਣਦੀ ਆ ਟੇਪ ਵੱਜਦੀ ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ, ਮੋਟਰ ਤੇ ਸੁਣਦੀ ਆ ਟੇਪ ਵੱਜਦੀ ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ, ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ। ਆਹ ਪਹਿਲਾਂ ਵੀਰੇ ਮੇਰਾ ਫੇਵਰੇਟ ਆ। ਅਰੇ ਵਾਹ, ਉਹ ਬਾਰਕਾ ਦਾ ਗਈ ਮੱਤ ਗੋਰੀ ਹੋ ਗਈ, ਆੜਤੀਆਂ ਵਾਂਗੂ ਕੁੜੀ ਕੋਰੀ ਹੋ ਗਈ, ਮੱਚਦਾ ਹੁਸਨ ਫਿਰ ਅੱਖਾਂ ਫੂਕਦਾ, ਬੀਟਾਂ ਨੂੰ ਫਿਰਦਾ ਪੁਰਾਂ ਦਾ ਸ਼ੂਕਦਾ, ਉਹ ਨਿਖਰ ਕੇ ਖੜਾ ਹੂ ਪਲਾਜੇ ਚ ਕੋਈ, ਪਾ ਗਿਆ ਹੋਣਾ ਜਿਹੜਾ ਮੁੱਲ ਤੋਰਦਾ, ਮੋਟਰ ਤੇ ਸੁਣਦੀ ਆ ਟੇਪ ਵੱਜਦੀ ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ, ਮੋਟਰ ਤੇ ਸੁਣਦੀ ਆ ਟੇਪ ਵੱਜਦੀ ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ, ਹਾਏ ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ। ਥੈਂਕ ਯੂ, ਤਾਲੀਆਂ ਬੰਦੀਆਂ ਭਾਜੀ, ਤੇ ਤਾਲੀਆਂ ਮਾਰ ਦਿਓ। ਵਾਹ ਵਾਹ ਵਾਹ, ਕੀ ਬਾਤ ਹੈ ਭਾਜੀ, ਬੜੀ ਬੜਾ ਸੁਰੀਲਾ ਗਾਉਂਦੇ ਹੋ, ਕਿੱਥੋਂ ਸਿੱਖਿਆ ਭਾਜੀ? ਖੇ ਨਹੀਂ ਵੀਰੇ, ਕਿਤੋਂ ਨਹੀਂ ਹੋਈ, ਕੁਦਰਤੀ ਮਾਰ ਲਈ, ਬਸ ਘਰੇ ਆਈ ਤੁਰਦੇ ਫਿਰਦੇ। ਮਾਤਾ ਕਹਿ ਵੀ ਦਿੰਦੀ ਆ ਤੂੰ ਐਵੇਂ ਘਰੇ ਐਂ ਕਰ ਦਿੰਦਾ, ਉਹ ਕਰ ਦਿੰਦਾ, ਪਰ ਤੁਹਾਨੂੰ ਪਤਾ ਹੀ ਆ ਕੁਦਰਤੀ ਸ਼ੌਂਕ ਆ, ਬਾਕੀ ਮਾਹੌਲ ਉਹ ਜਾ ਨਾ ਜੀ, ਹਰੇਕ ਹੀ ਆ ਇਹ ਚੀਜ਼ ਨੂੰ ਵੱਧ ਰਿਹਾ ਵਾ। ਚਲੋ ਮਹਾਰਾਜ ਸਵਾਬ ਬਣਾਵੇ, ਆਪਾਂ ਵੀ ਆਵਾਂਗੇ ਨਾ ਹੌਲੀ ਹੌਲੀ। ਅੱਛਾ, ਬਸ ਚੱਲੀ ਜਾਂਦਾ ਜੀ। ਸ਼ੌਂਕ ਹੈ ਕਿ ਮਤਲਬ ਮੈਂ ਐਲਬਮ ਆਪਣੀ ਕੱਢਾਂ ਜਾਂ ਕੋਈ ਥੋੜ੍ਹਾ, ਮੈਂ ਮਤਲਬ ਨਰਵਸ ਹੋ ਜਾਂਦਾ ਹੁਣ ਵੀ ਹੋਇਆ, ਮੈਂ ਥੋੜ੍ਹਾ ਹੋ ਜਾਂਦਾ ਵਾ, ਪਰ ਹੌਲੀ ਹੌਲੀ ਜਦੋਂ ਵਿਚਰਾਂ ਮਾਹੌਲ ਤੁਹਾਨੂੰ ਪਤਾ ਹੀ ਹੈ, ਫਿਰ ਹੌਲੀ ਹੌਲੀ ਇੱਕਦਮ ਤਾਂ ਕੋਈ ਚੜ੍ਹਦਾ ਨਹੀਂ ਨਾ ਪਾਉਣੀਆਂ, ਹੌਲੀ ਹੌਲੀ ਸਟਰਗਲ ਕਰਕੇ। ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਬਿਲਕੁਲ। ਅੱਛਾ ਮੈਨੂੰ ਇਹ ਗੱਲ ਦੱਸੋ, ਸਾਉਣ ਦੇ ਮਹੀਨੇ ਦੇ ਵਿੱਚ ਜੋ ਜਾਂ ਚੜ੍ਹ ਜਾਂਦਾ ਜਦੋਂ, ਅਤੇ ਉਦੋਂ ਬੰਦੇ ਕੋਲ ਨਾ ਇੱਕ ਪਾਪ ਹੋ ਜਾਂਦਾ, ਉਹ ਕਿਹੜਾ ਪਾਪ ਆ ਜਿਹਦੇ ਬਾਅਦ 'ਚ ਬੰਦਾ ਪਛਤਾਉਂਦਾ ਮੈਂ ਕਿਉਂ ਕਰ ਲਿਆ? ਯਾਰ ਦੱਸੋ ਤਾਂ, ਕੋਈ ਪਾਪ ਹੈ ਇਹੋ ਜਿਹਾ ਹੋ ਜਾਂਦਾ ਬੰਦੇ ਨੂੰ? ਸ਼ਰਾਬ ਤੇ ਚਿਕਨ ਹੋ ਗਿਆ ਤੁਹਾਡਾ, ਇਹੀ ਆ ਪਾਪ ਤਾਂ ਹੀ ਕਹਿ ਸਕਦੇ, ਹੋਰ ਤਾਂ ਕਿਹੜਾ ਪਾਪ, ਬੰਦਾ ਤਾਂ ਮਾਰ ਨਹੀਂ ਲੱਗੇ ਸੋਹਣੇ। ਅੱਛਾ ਤੁਹਾਡਾ ਵੀ ਸ਼ਰਾਬ ਤੇ ਚਿਕਨ ਹੋ ਗਿਆ? ਮੈਂ ਤਾਂ ਬੈਠ ਜਾ ਪੱਕਾ, ਦੱਸ ਦੋ ਤੁਸੀਂ ਗੱਲਾਂ ਨਾ, ਹੇਰ ਫੇਰ ਕਰ ਰਹੇ ਹੋ ਬੜੀਆਂ, ਚੱਲਦਾ ਹੀ ਇਹੀ ਆ, ਹੇਰ ਫੇਰ ਤੋਂ ਬਿਨਾਂ ਗੱਲ ਹੀ ਨਹੀਂ ਬਣਦੀ, ਹੇਰ ਫੇਰ ਚੱਲਦੀ ਹੇਰ ਫੇਰ। ਅੱਛਾ ਜੀ, ਜਿਵੇਂ ਸਾਨੂੰ ਨਾਕੇ ਤੇ ਰੋਕ ਲਿਆ ਸੀ, ਉੱਥੇ ਵੀ ਹੇਰ ਫੇਰ ਕਰਕੇ ਆਏ। ਅੱਛਾ, ਅੱਖ ਤੁਹਾਡੀ ਲਾ ਲਾ, ਮੈਨੂੰ ਗਾਣਾ ਯਾਦ ਆ ਰਿਹਾ, ਮਿੱਤਰਾਂ ਦੀ ਅੱਖ ਅੱਜ ਲਾ ਲਾ, ਕੋਈ ਬੰਦਾ ਬੰਦਾ ਮਾਰਨਾ ਦੱਸ। ਮੇਰੀ ਅੱਖ ਤਾਂ ਇਨਫੈਕਸ਼ਨ ਆ।
ਅਰੇ ਵਾਹ ਵਾਹ ਕਰਕੇ ਇਨਫੈਕਸ਼ਨ ਆ ਕੇ ਜਾਂਦਾ ਅੱਛਾ ਇਨਫੈਕਸ਼ਨ ਇਦਾਂ ਨਾ ਬੰਦਾ ਇਹਦਾ ਹਵਾ ਮਿੱਟੀ ਤੋਂ ਅਲਰਜੀ ਆ ਅੱਛਾ ਮਿੱਟੀ ਤੋਂ ਅਲਰਜੀ ਚੰਡੀਗੜ੍ਹ 'ਚ ਤਾਂ ਵੈਸੇ ਇੰਨੀ ਮਿੱਟੀ ਹੈ ਨਹੀਂ ਚੰਡੀਗੜ੍ਹ 'ਚ ਮਾਹੌਲ ਹੀ ਵਾਲਾ ਗਰਮ ਆਉਂਦੀ ਅੱਖ ਲਾਲ ਹੋ ਜਾਂਦੀ ਅੱਛਾ ਲੇਕ ਠੰਡਾ ਕਿੱਦਾਂ ਕਰਦੇ ਹੋ ਮਾਹੌਲ ਹਾਂ ਲੇਕ ਤੇ ਠੰਡਾ ਹੀ ਕਰਨਾ ਜੀ ਅੱਛਾ ਲੇਕ ਤੇ ਠੰਡਾ ਕਰ ਘੁੰਮਣ ਫਿਰਨ ਮਤਲਬ ਠੰਡਾ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਜਸਪ੍ਰੀਤ ਸਿੰਘ ਜੀ ਜਸਪ੍ਰੀਤ ਸਿੰਘ ਜੀ ਹਾਂ ਜੀ ਵਾਹ 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 ਬਹੁਤ ਅੱਛਾ ਨਾਮ ਹੈ ਤੁਹਾਡਾ ਹਾਂ ਜੀ ਨਾਮ ਬੜਾ ਘੈਂਟ ਹੈ ਆਏ ਕਿੰਨੇ ਰੱਖਿਆ ਬਸ ਜੀ ਘਰਦਿਆਂ ਨੇ ਛੋਟੀ ਭੈਣ ਨੇ ਰੱਖਿਆ ਅੱਛਾ ਹਾਂ ਛੋਟੀ ਭੈਣ ਨੇ ਰੱਖਿਆ ਹਾਂ ਜੀ ਗਗਨਦੀਪ ਸਿੰਘ ਜੀ ਬੜਾ ਅੱਛਾ ਨਾਮ ਨਾ ਯਾਰ ਮੇਰੇ ਰੱਖਿਆ ਦਾਦਾ ਜੀ ਨੇ ਜੀ ਛੋਟੀ ਭੈਣ ਨੇ ਰੱਖਿਆ ਇਹਨਾਂ ਦੀ ਛੋਟੀ ਭੈਣ ਨੇ ਰੱਖਤਾ ਜੀ ਆ ਫਿਲਮ ਨੀ ਆਪਾਂ ਵੈਬ ਸੀਰੀਜ਼ ਬਣਾਉਂਗੇ ਫਿਰ ਫਿਲਮ ਵੈਬ ਸੀਰੀਜ਼ ਕੁਛ ਵੀ ਵਿਖਾ ਸਕਦੇ ਡਿਟੇਲ ਮੈਂ ਦੱਸੂਗੇ ਬਾਈ ਫਿਰ ਕਦੀ ਵਿਹਲੇ ਹੋ ਕੇ ਆਇਓ ਅੱਛਾ ਜੇ ਸ਼ੋਰਟ ਚ ਦੱਸਣਾ ਵੇ ਕੁਛ ਮਾੜਾ ਮੋਟਾ ਇਦਾਂ ਸ਼ੋਰਟ ਜੀ ਬਾਈ ਹੁਣ ਅਸੀਂ ਦੱਸ ਤਾਂ ਦਈਏ ਤੁਹਾਨੂੰ ਸਮਝ ਨਹੀਂ ਆਣਾ ਹੈਗਾ ਅੱਛਾ ਤੁਹਾਡੇ ਵਿੱਚ ਹੀ ਰਹਿ ਜਾਣੀ ਕਹਾਣੀਆਂ ਜੇ ਤੁਹਾਡੇ ਉਹੀ ਦਿਮਾਗ ਦੇ ਉੱਪਰ ਨੂੰ ਇਹ ਗੱਲ ਲੰਝਣੀ ਫਿਰ ਉਹਦਾ ਫਾਇਦਾ ਨਹੀਂ ਨਾ ਹੋਣਾ ਕੋਈ ਅੱਛਾ ਸੌਣ ਦੇ ਮਹੀਨੇ ਦੇ ਵਿੱਚ ਕੋਈ ਗਾਣਾ ਸੁਣਾਓ ਮੈਨੂੰ ਹੁਣ ਦੋਵੇਂ ਜਾਣੇ ਕੋਈ ਇਦਾਂ ਗਾਣਾ ਤਾਂ ਬਾਈ ਇੱਕ ਹੀ ਹੈਗਾ ਜਿਹੜਾ ਚੱਲ ਰਿਹਾ ਹੈਗਾ ਹੁਣ ਅੱਛਾ ਵਧੀਆ ਜਿਹੜਾ ਗੀਤ ਸਭ ਤੇ ਮੂਸੇ ਵਾਲੇ ਦਾ ਜਿਹੜਾ ਗੀਤ ਨਹੀਂ ਆਇਆ ਹੁਣ 295 ਅਰੇ ਸੁਣਾਓ ਫਿਰ ਹਾਂ ਉਹ ਗੀਤ ਘੈਂਟ ਹੈਗਾ ਇੰਨੀ ਬਾਜ ਬੂਜ ਤਾਂ ਬਾਈ ਬਾਜ ਮੇਰੀ ਵੀ ਨਹੀਂ ਹੈਗੀ ਮੈਂ ਕਿਤੇ ਆਹ ਦੇਖ ਲਾਉਣੇ ਲਾਵਾਂ ਸੁਰ ਤੇ ਹੋਣੇ ਵੇਖਿਓ ਸਪੀਕਰ ਨਾ ਹੋਣੇ ਤੋਂ ਮਾਈਕ ਟੁੱਟ ਗਿਆ ਫਿਰ ਗੱਲ ਕਰਿਓ ਅੱਛਾ ਚੱਲ ਸੁਣਾ ਦਿੰਦਾ ਬਾਈ ਮਾੜਾ ਜਿਹਾ ਮੈਂ ਯਾਦ ਕਰ ਲਾਂ ਥੋੜ੍ਹਾ ਜਿਹਾ ਕੌਣ ਲਾ ਲਓ ਛੋਟੀ ਭੈਣ ਨੂੰ ਛੋਟੀ ਭੈਣ ਨੂੰ ਨਹੀਂ ਮਜ਼ਾਕ ਚੱਲਦਾ ਏ ਤੇ ਆਪਣਾ ਸ਼ੋਅ ਮਜ਼ੇਦਾਰ ਨਾ ਉਹ ਤਾਂ ਅਸੀਂ ਵੀ ਸਮਝਦੇ ਹਾਂ ਲੈਣ ਯਾਰ ਉਹਦੀ ਕਿਆ ਕਰਦੇ ਉਹਦਾ ਕਹਿੰਦਾ ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਉਹਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ ਮਾਰਿਆ ਨਾ ਬਾਈ ਨੇ ਤੀਰ ਟਿਕਾਣੇ ਵਾ ਇਹਨੂੰ ਪੂਰਾ ਖਿੱਚ ਕੇ ਮਾਰਿਆ ਜੀ ਮਾਰਿਆ ਤੁਸੀਂ ਵੀ ਮਾਰੋ ਕੋਈ ਤੀਰ ਮਾਰ ਦਿੰਦੇ ਆ ਬਾਈ ਉਹ ਹੈਗਾ ਇੱਦਾਂ ਗੀਤ ਉਹ ਕਹਾ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਕਹਾ ਕਰੇਗਾ ਤਰੱਕੀ ਪੁੱਤ ਹੇਠ ਮਿਲੂਈ ਅੱਗੇ ਕਿਸ ਤਰ੍ਹਾਂ ਯਾਰ ਬਸ 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 ਬਾਈ ਆਪਣੇ ਜਜ਼ਬਾ ਮੈਂ ਬਾਹਰ ਨਹੀਂ ਆਉਣ ਦੇਣੇ ਅੰਦਰ ਅੱਛਾ ਸੌਣ ਦਾ ਜਦੋਂ ਮਹੀਨਾ ਆਉਂਦਾ ਕੀ ਖਾਸ ਲੱਗਦਾ ਸੌਣ ਦੇ ਮਹੀਨੇ ਦੇ ਵਿੱਚ ਸੌਣ ਦੇ ਮਹੀਨੇ 'ਚ ਸਾਰਾ ਕੁਛ ਵਧੀਆ ਜੀ ਬਾਹਰ ਦੇਖੋ ਆਲੇ ਦੁਆਲੇ ਬਾਈ ਉਧਰ ਨੂੰ ਕੈਮਰਾ ਰੌਣਕ ਲੱਗੀ ਪਈ ਆ ਦੇਖੋ ਤੁਸੀਂ ਅਰੇ ਹਾਂ ਪੂਰੀ ਰੌਣਕ ਲੱਗੀ ਪਈ ਆ ਸਵਾਦ ਆਇਆ ਪਿਆ ਪੂਰਾ ਆਨੰਦ ਬੰਨਿਆ ਪਿਆ ਜੀ ਪੂਰਾ ਆਨੰਦ ਅੱਛਾ ਉਹ ਤੀਆਂ ਤੇ ਚਲੋ ਲੱਗੀਆਂ ਪਈਆਂ ਤੁਹਾਨੂੰ ਕੀ ਮਜ਼ਾ ਆਉਂਦਾ ਖਾਸ ਖਾਸ ਜੀ ਦੇਖੋ ਇੱਕ ਤਾਂ ਬਾਰਿਸ਼ ਆਪਾਂ ਨੂੰ ਜੂਆ ਜਾਣ ਦਾ ਮਸਲਾ ਆਪਣਾ ਬਾਹਰ ਮਾਰਦੇ ਜੂਆ ਜਾ ਸਾਰੀਆਂ ਉੱਡ ਜਾਂਦੀਆਂ ਫਿਰ ਪਲਾਟ ਦਿੰਦੇ ਹੋਣੇ ਕਿਰਾਏ ਤੇ ਜੂਆ ਕਲੋਨੀਆਂ ਬਣਾਈ ਆ ਬਾਈ ਆਪਾਂ ਨੇ ਅੱਛਾ ਕੋਈ ਐਸੀ ਮਜ਼ੇਦਾਰ ਗੱਲ ਆਪਣੀ ਕੋਈ ਜਿਹੜੀ ਕਿਸੇ ਨੂੰ ਦੱਸੀ ਨਾ ਹੋਵੇ ਦੋਵਾਂ ਨੇ ਆਪਾਂ ਤਾਂ ਜੀ ਸਾਰਾ ਕੁਝ ਸ਼ੇਅਰ ਕਰਦੇ ਆ ਯਾਰ ਮਿੱਤਰਾਂ ਨਾਲ ਸਭ ਕੁਝ ਆਪਾਂ ਉਹਲਾ ਨਹੀਂ ਰੱਖਦੇ ਹੈ ਮੂੰਹ ਤੇ ਆਪਾਂ ਤਾਂ ਜੀ ਸਹੇਲੀਆਂ ਬਾਰੇ ਵੀ ਦੱਸਦਾ ਵੀ ਹਾਂ ਵੀ ਆਹ ਸਹੇਲੀ ਹੈਗੀ ਜੇ ਕੋਈ ਗੱਲਬਾਤ ਕਰਦੀ ਹੈ ਉਹਦੇ ਬਾਰੇ ਵੀ ਦੱਸ ਦਾਂਗੇ ਪ੍ਰਾਈਵੇਸੀ ਆਹੀ ਹੋਆ ਜੀ ਉਹ ਵੀ ਆਪਾਂ ਸ਼ੇਅਰ ਕਰਦੇ ਹਾਂ ਪੂਰੀ ਕਿੰਨੀਆਂ ਸਹੇਲੀਆਂ ਕਾਬੂ ਨੀ ਆਏ ਕਦੇ ਆਪਾਂ ਬਾਈ ਬਾਈ ਕਹਿ ਕੇ ਪੈਰਾਂ ਪੂਰਾ ਹੱਥ ਲਾ ਕੇ ਆਪਾਂ ਨਿਕਲ ਜਾਈਦਾ ਹਾਂ ਬਾਈ ਕੋਈ ਨੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦੇ ਹੈਗੇ ਫੇਰ ਕਰਨਾ ਅੱਗੇ ਤੋਂ ਅੱਗੇ ਤੋਂ ਉਹਦਾ ਅਗਲੀ ਦੀ ਗਲੀ ਉਹਦਾ ਅਗਲੇ ਦਿਨ ਫੇਰ ਖੜ ਜਾਈਦਾ ਜਾ ਕੇ ਅੱਛਾ ਇਸ ਤੋਂ ਇਲਾਵਾ ਭਾਜੀ ਹੋਰ ਕੋਈ ਗੱਲਬਾਤ ਮੈਨੂੰ ਨਾ ਮੈਂ ਜੋ ਮੈਂ ਸੋਚ ਕੇ ਆਇਆ ਨਾ ਕਿ ਮੈਂ ਜਾ ਕੇ ਪੁੱਛੂੰਗਾ ਉਹ ਤੁਹਾਡੇ ਅੱਗੇ ਮੈਂ ਪੁੱਛ ਹੀ ਨਹੀਂ ਪਾ ਰਿਹਾ ਦੱਸੋ ਮੈਨੂੰ ਲੱਗ ਰਿਹਾ ਕਿ ਤੁਸੀਂ ਆਪੇ ਹੀ ਬੋਲੀ ਜਾਓ ਬਸ ਤੇ ਮੈਂ ਤੁਹਾਨੂੰ ਸੁਣੀ ਜਾਵਾਂ
ਪੁੱਛੋ ਜੀ ਤੁਸੀਂ, ਅਸੀਂ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਦਿੰਨੇ ਆ। ਅੱਛਾ, ਸੌਣ ਦੇ ਮਹੀਨਾ ਜਦੋਂ ਆਉਂਦਾ ਨਾ ਤੇ ਬੰਦੇ ਕੋਲ ਇੱਕ ਪਾਪ ਹੋ ਜਾਂਦਾ ਹੈ, ਜਿਹੜਾ ਬੰਦਾ ਕਹਿੰਦਾ ਓਹ ਹੋ ਇਹ ਮੇਰੇ ਕੋਲ ਕਿਉਂ ਹੋ ਗਿਆ, ਹੋਣਾ ਨੀ ਚਾਹੀਦਾ। ਇਹੋ ਜਿਹਾ ਕਿਹੜਾ ਪਾਪ ਜੀ? ਓਹੀ ਤੇ ਪੁੱਛ ਰਿਹਾ ਮੈਂ, ਕਿਹੜਾ ਪਾਪ? ਅੱਛਾ, ਸਾਡੇ ਤੋਂ ਤਾਂ ਇੱਕੇ ਪਾਪ ਹੁੰਦਾ ਜਿਹੜਾ ਕਹਿ ਦਿੰਦੇ ਆ ਕਰਦੇ, ਸਾਉਣ ਦੇ ਮਹੀਨੇ 'ਚ ਨਾ ਜੀ ਮੌਸਮ ਰਾਤ ਨੂੰ ਠੰਡਾ ਹੋ ਜਾਂਦਾ। ਹਾਂ, ਮੌਸਮ ਠੰਡਾ ਹੋ ਜਾਂਦਾ ਗਾ ਜਦ ਰਾਤ ਨੂੰ ਫੋਨ ਚਲਾਈ ਜਾਂਦੇ ਹੈਗੇ, ਸੌਂਦੇ ਨਹੀਂ ਹੈਗੇ, ਸਵੇਰੇ ਉੱਠਦੇ ਹਾਂ ਜਦ ਕਰਦੇ ਕਹਿੰਦੇ ਹੈਗੇ ਵੀ ਹਾਂ ਵੀ ਉੱਠਿਆ ਨਹੀਂ, ਲੇਟ ਉੱਠਿਆ ਗਾ, ਉਹ ਪਾਪ ਹੋ ਜਾਂਦਾ ਸਾਉਣ ਦੇ ਮਹੀਨੇ 'ਚ ਜਦ ਬਾਰਿਸ਼ ਪੈਂਦੀ ਹੁੰਦੀ ਹੈ। ਉਹ ਤਾਂ ਤੁਸੀਂ ਰੋਜ਼ ਹੀ ਲੇਟ ਉੱਠਦੇ ਹੋਣੇ? ਨਾ ਨਾ ਜੀ, ਆਪਾਂ ਲੇਟ ਨਹੀਂ ਉੱਠਦੇ, ਆਪਾਂ 10 ਵਜੇ ਉੱਠ ਜੀ ਦਾ, ਲੇਟ ਨਹੀਂ ਬਹੁਤਾ ਲੇਟ। ਜਲਦੀ ਆ ਤੇ ਲੇਟ ਕਿੰਨੇ ਵਜੇ ਉੱਠਦੇ ਹੋ? ਲੇਟ ਉੱਠਣਾ ਏ ਜੇ ਫਿਰ ਤਾਂ ਦੁਪਹਿਰੇ ਦੀ ਰੋਟੀ ਖਾ ਲੈਂਦੇ ਆ ਕਰਦੇ। ਅੱਛਾ, ਹਾਂ ਫਿਰ ਉੱਠੀਦਾ। ਫਿਰ ਤਾਂ ਕਰਦੇ ਕੀ ਹੋ ਫਿਰ? ਹੈ ਕਰਦੇ ਬਾ, ਵਿਹਲੇ ਆ ਜੀ, ਉਹ ਰਾਜ ਜੀ ਦੇ ਚੰਡੀਗੜ੍ਹ ਘੁੰਮ ਲਈਦਾ ਬਸ, ਗੇੜੀ ਛੇੜੀ ਮਾਰ ਚੱਕ ਕੇ ਗੱਡੀ ਆ ਜਾਂਦੀ, ਸੰਤੁਸ਼ਟੀ ਜੀ ਮਿਲ ਜਾਂਦੀ ਦਿਲ ਨੂੰ ਇੱਕ। ਕਿਹੜੀ ਗੱਡੀ ਆਪਣੇ ਕੋਲ? ਆਪਣੇ ਕੋਲ 2 ਗੱਡੀਆਂ ਜੀ, ਇੱਕ ਸਵਿਫਟ ਹੈ ਇੱਕ ਏਸੈਂਟ ਹੈ ਜੀ। ਅੱਛਾ, ਆਏ ਕਿਤੇ ਹੁਣ? ਆਏ ਆ ਹੁਣ ਸਵਿਫਟ ਤੇ। ਜਾਓਗੇ ਇਸ ਸਾਈਡ ਤੇ? ਜਾਓਗੇ ਇਸ ਸਾਈਡ ਤੇ। ਹਾਂ ਆਪਾਂ ਨਾ ਐਡਾ ਕੋਈ ਚੱਕਰ ਨਹੀਂ, ਆਪਾਂ ਹੁਣ ਬੁਲਾ ਲੂੰਗਾ, ਕੋਈ ਚੱਕਰ ਨਹੀਂ, ਯਾਰ ਮਿੱਤਰ ਬਠੇਰੇ ਆ। ਰਹਿਣ ਵਾਲੇ ਦੇ ਕਿੱਥੇ ਹੋ ਦੋਵੇਂ ਜਣੇ? ਰਹਿਣ ਵਾਲੇ ਮੈਂ, ਮੇਰਾ ਪਿੰਡ ਆ ਜੀ ਸੁਹਾਣਾ ਸਾਹਿਬ ਨਹੀਂ, ਹਾਂਜੀ ਹਾਂਜੀ, ਉਹਦੇ ਲਾ ਗਏ 88 ਸੈਕਟਰ ਦੇ ਮਾਨਕ ਮਾਜਰਾ ਪਿੰਡ ਆ ਜੀ ਮੇਰਾ। ਅੱਛਾ ਅੱਛਾ, ਠੀਕ ਹੈ ਠੀਕ ਹੈ। ਤੇ ਤੁਸੀਂ ਵੀ ਭਾਜੀ ਉੱਥੇ? ਨਾ ਨਾ ਜੀ, ਮੇਰਾ ਪਿੰਡ ਆ ਜੀ ਖੁੰਨੀ ਮਾਜਰਾ। ਖੁੰਨੀ ਮਾਜਰਾ? ਹਾਂ, ਖੂਨ ਪੀਂਦੇ ਆ ਜੀ ਬਹੁਤ। ਅੱਛਾ, ਉਹ ਤੁਸੀਂ ਸੁਣਿਆ ਨੀ ਇੱਕ ਜਨਾਨੀ ਕਹਿੰਦੀ ਆ ਜੀ, ਉਹ ਸ਼ੋਅ ਆਏ ਕਰਦਾ ਜਿਹੜਾ 420 ਫੈਮਿਲੀ, ਹਾਂਜੀ, ਉਹ ਚ ਕਹਿੰਦੀ ਨੀ ਵੀ ਕਹਾ ਮੈਂ ਸਾਂਤੇ ਮਾਜਰੇ ਦੀ ਆ, ਕਹਾ ਜੀ ਮੈਂ ਖੁੰਨੀ ਮਾਜਰੇ ਦੀ ਹੁੰਦੀ ਨਾ, ਕਹਾ ਤੇਰਾ ਖੂਬ ਖੂਨ ਪੀ ਜਾਂਦੀ ਮੈਂ, ਹਾਂ ਕਹਾ ਸਾਂਤੇ ਮਾਜਰੇ ਦੀ ਆ ਮੈਂ, ਕਹਾ ਮੇਰਾ ਸੁਭਾਅ ਹੈ ਨਾ ਜਿਹੜਾ ਸਾਧਾਂ ਵਰਗਾ ਗਾ, ਸਾਂਤਾਂ ਵਰਗਾ, ਤੇ ਖੁੰਨੀ ਤੇ ਖੁੰਨੀ, ਖੁੰਨੀ ਮਾਜਰੇ ਦੀ ਹੁੰਦੀ, ਕਹਾ ਤੇਰਾ ਮੈਂ ਖੂਨ ਪੀ ਜਾਂਦੀ। ਤੇ ਇਹ ਨੀ ਤੁਹਾਡਾ ਖੂਨ ਪੀਂਦਾ? ਨਾ ਜੀ, ਆਹ ਤਾਂ ਨੀ ਪੀਂਦਾ ਹੈ ਜੀ। ਤੁਸੀਂ ਇਹਦਾ ਪੀ ਲੈਂਦੇ ਹੋਣੇ? ਮੈਂ ਮਾੜਾ ਮੋਟਾ ਭਰ ਲੈ ਕਰਾਂ ਇੱਕ ਅੱਧੀ ਘੁੱਟੀ। ਚਲੋ ਥੈਂਕ ਯੂ ਜੀ, ਬੜਾ ਅੱਛਾ ਲੱਗਾ ਗੱਲਬਾਤ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਅਸੀਂ ਲੋਕਾਂ ਕੋਲੋਂ ਸੌਣ ਦੇ ਮਹੀਨੇ 'ਤੇ ਕਾਫੀ ਗੱਲਾਂ ਬਾਤਾਂ ਕਰਨ ਆਏ ਸੀ, ਕਿਉਂਕਿ ਨਿੱਕੇ ਹੁੰਦੇ ਮੈਂ ਵੀ ਨਹਾਉਂਦਾ ਰਿਹਾ ਹਾਂ ਬਚਪਨ ਦੇ ਵਿੱਚ ਮਈ ਚੌਰਾਹਾਂ 'ਤੇ, ਸੜਕਾਂ 'ਤੇ, ਕਿਉਂਕਿ ਪਾਣੀ ਭਰ ਜਾਂਦਾ ਸੀ, ਜਿਹੜਾ ਟ੍ਰੈਫਿਕ ਹੈ ਉਹ ਥੋੜ੍ਹਾ ਰੁਕ ਜਾਂਦਾ ਸੀ, ਜਿਹੜੇ ਲੋਕ ਨੇ ਉਹ ਘਰ ਤੋਂ ਬਾਹਰ ਨਹੀਂ ਨਿਕਲਦੇ ਸੀ, ਅਤੇ ਇਹਦਾ ਅਸੀਂ ਫਾਇਦਾ ਚੁੱਕ ਕੇ ਬਈ ਕਾਫੀ ਬਾਰਿਸ਼ ਦਾ ਪਾਣੀ ਦੇ ਨਾਲ ਕਾਫੀ ਨੱਚਦੇ ਰਹੇ, ਟੱਪਦੇ ਰਹੇ ਅਤੇ ਇੱਕ ਦੂਜੇ 'ਤੇ ਪਾਣੀ ਪਾਉਂਦੇ ਰਹੇ ਹਾਂ। ਬੜਾ ਨਜ਼ਾਰਾ ਆਉਂਦਾ ਸੀ, ਪਰ ਅੱਜ ਦੇ ਸ਼ੋਅ ਦੇ ਵਿੱਚ ਮੈਨੂੰ ਕਾਫੀ ਮਜ਼ਾ ਆਇਆ ਲੋਕਾਂ ਨਾਲ ਗੱਲਬਾਤ ਕਰਕੇ, ਕਿਉਂਕਿ ਇੱਕ ਕੁੜੀਆਂ ਦਾ ਗਰੁੱਪ ਸੀ ਜਿਨ੍ਹਾਂ ਨੇ ਨੱਚ ਕੇ ਦਿਖਾਇਆ ਇੰਨਾ ਸੋਹਣਾ, ਅਤੇ ਉੱਥੇ ਹੀ ਖੂਬਸੂਰਤ ਗੱਲਾਂ ਬਾਤਾਂ ਵੀ ਕੀਤੀਆਂ ਅਤੇ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲੀ ਗੱਲ ਕੀਤੀ ਕਿ ਜਿਹੜੇ ਖਾਸ ਤੌਰ 'ਤੇ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਪੈਰ 'ਤੇ ਸਟੈਂਡ ਹੋਣਾ ਚਾਹੀਦਾ ਹੈ, ਅਤੇ ਹਰ ਕਿਸੇ ਨੂੰ ਸਟੱਡੀ ਵੱਲ ਧਿਆਨ ਦੇਣਾ ਚਾਹੀਦਾ ਹੈ, ਭਾਵੇਂ ਜਿਹੜੇ ਪੇਪਰ ਨੇ ਔਨਲਾਈਨ ਹੋ ਰਹੇ ਨੇ, ਪਰ ਜਿਹੜੀ ਪੜ੍ਹਾਈ ਆ ਉਹ ਮਹੱਤਤਾ ਰੱਖਦੀ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ, ਭਾਵੇਂ ਉਹ ਬੰਦਾ ਹੋਵੇ ਜਾਂ ਬੰਦੀ ਹੋਵੇ। ਬੜੇ ਅੱਛੇ ਅੱਛੇ ਮੈਸੇਜ ਦਿੱਤੇ ਕੁੜੀਆਂ ਨੇ, ਅਤੇ ਉੱਥੇ ਹੀ ਕੁਝ ਇਹੋ ਜਿਹੇ ਮੁੰਡੇ ਸੀ ਜਿਨ੍ਹਾਂ ਨੇ ਬੜਾ ਹੀ ਸੋਹਣਾ, ਖੂਬਸੂਰਤ ਬਾਰਿਸ਼ ਦੇ ਮੌਸਮ 'ਤੇ ਬਾਰਿਸ਼ ਵਾਲੇ ਹੀ ਗਾਣੇ ਬੋਲ ਕੇ ਜਾਂ ਗਾ ਕੇ ਸੁਣਾਏ। ਮੈਨੂੰ ਤਾਂ ਖੂਬ ਮਜ਼ਾ ਆਇਆ, ਉਮੀਦ ਕਰਦਾ ਕਿ ਤੁਹਾਨੂੰ ਵੀ ਕਾਫੀ ਮਜ਼ਾ ਹੋਇਆ ਹੋਣਾ ਇਸ ਸ਼ੋਅ ਨੂੰ ਦੇਖ ਕੇ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗਾ ਇਸ ਸ਼ੋਅ ਨੂੰ ਲੈ ਕੇ, ਯਾਨੀ ਕਿ ਗੱਲ ਕਰੋਗੇ ਨੂੰ ਲੈ ਕੇ ਇੱਕ ਨਵੇਂ ਟੌਪਿਕ ਦੇ ਨਾਲ। ਫਿਲਹਾਲ ਮੈਨੂੰ ਦੇ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਸਟਾਰ ਕੈਨੇਡਾ TV। ਧੰਨਵਾਦ।